ਅਤੇ ਮੇਰੇ ਮਨ 'ਚ ਫਿਰ ਗੱਲ ਆਈ ਅਤੇ ਮੈਂ ਪਤਾ ਕੀਤਾ ਅਤੇ ਛੋਟੇ ਘੌਂਸਲੇ ਜਿਹੜੇ ਨੇ ਉਹ ਲਿਆਉਂਦੇ ਨੇ 200 ਕੁ ਦੇ ਕਰੀਬ, ਅਤੇ ਉਹ ਘੌਂਸਲੇ ਆ ਜਿਹੜੇ ਪੂਰੇ ਹਲਕੇ ਦੇ ਵਿੱਚ ਅਸੀਂ ਥਾਂ ਥਾਂ 'ਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਪੰਛੀ ਰਹਿ ਸਕਦੇ ਆ ਉੱਥੇ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਉਦੋਂ ਆ ਕੇ ਦੇਖਿਆ ਕਿ ਗਰਮੀ ਬਹੁਤ ਹੈ ਅਤੇ ਪੰਛੀ ਜਿਹੜੇ ਸੀ ਆਪਣੀ ਬੜੀ ਕਰਨਾ ਭਰੀ ਆਵਾਜ਼ ਵਿੱਚ ਕੁਰਲਾ ਰਹੇ ਸਨ ਕਿ ਪਾਣੀ ਦਾ ਕੋਈ ਬੰਦੋਬਸਤ ਨਹੀਂ ਸੀ। ਫਿਰ ਜਦੋਂ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਤਾਂ ਅਸੀਂ ਲੋਟੇ ਲਿਆ ਕੇ ਪੂਰੇ ਭੋਆ ਹਲਕੇ ਦੇ ਵਿੱਚ ਥਾਂ ਥਾਂ 'ਤੇ ਜਿਹੜੇ ਲੋਟੇ ਲਗਾਏ ਸੀ ਤਾਂ ਜੋ ਜਿਹੜੇ ਪੰਛੀ ਉਹ ਪਾਣੀ ਪੀ ਸਕਣ। ਪੰਛੀ ਜਿਹੜੇ ਨੇ ਉਹ ਵੀ ਸਾਡੇ ਵਾਤਾਵਰਨ ਨੂੰ ਔਰ ਸਾਡੀ ਜਿਹੜੀ ਇਨਵਾਇਰਮੈਂਟ ਆ ਉਹਨੂੰ ਇੱਕ ਸੁਹਾਣਾ ਬਣਾਉਣ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਸਵੇਰੇ ਤੁਸੀਂ ਉੱਠਦੇ ਹੋ ਤੁਸੀਂ ਪੰਛੀਆਂ ਦੀਆਂ ਚਹਿਚਹਾਂ ਦੀਆਂ ਆਵਾਜ਼ਾਂ, ਚਿੜੀਆਂ ਦੀਆਂ ਜਾਂ ਆਪਣੇ ਜਿਹੜੀਆਂ ਸੈਰ ਕਰਨ ਦੀਆਂ ਆਵਾਜ਼ਾਂ ਸੁਣਦੇ ਹੋ ਤਾਂ ਮਨ ਖੁਸ਼ ਹੋ ਜਾਂਦਾ, ਤੁਹਾਡਾ ਦਿਨ ਬਹੁਤ ਵਧੀਆ ਨਿਕਲਦਾ। ਸਮਾਜ ਨੂੰ ਇਸ ਵਾਸਤੇ ਕੰਮ ਕਰਨਾ ਪੈ ਰਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਸ ਸਭ ਵਿੱਚ। ਸਰਕਾਰ ਕੋਈ ਵੀ ਹੋਏ ਉਹ ਆਪਣੇ ਲੈਵਲ 'ਤੇ ਕੁਛ ਨਾ ਕੁਛ ਯਤਨ ਪ੍ਰਯਤਨ ਕਰਦੀ ਹੈ, ਪਰੰਤੂ ਸਭ ਤੋਂ ਵੱਡਾ ਯਤਨ ਪ੍ਰਯਤਨ ਜਿਹੜਾ ਉਹ ਸਮਾਜ ਨੂੰ ਕਰਨਾ ਪੈਂਦਾ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਵਾਨ ਵਾਲੇ ਵਿਅਕਤੀ ਨੇ ਉਹਨਾਂ ਦੀ ਹਰ ਕੋਈ ਮਦਦ ਕਰਦਾ, ਜਿਹੜੇ ਬੇਜਵਾਨੇ ਆ ਉਹ ਉਹਦੇ ਲਈ ਵੀ ਰਲ ਕੇ ਹੰਬਲਾ ਮਾਰੀਏ ਤਾਂ ਜੋ ਉਹ ਵੀ ਆਪਣੀ ਸ਼ਾਂਤੀ ਦੀ ਜ਼ਿੰਦਗੀ ਜਿਹੜੀ ਕੱਟ ਸਕੇ। ਇੱਕ ਸਮਾਂ ਸੀ ਜਦ ਪੰਛੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਸੁਣ ਕੇ ਸਾਡਾ ਦਿਨ ਚੜ੍ਹਦਾ ਸੀ, ਪਰ ਵਿਕਾਸ ਦੇ ਨਾਂ 'ਤੇ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਅੱਜ ਪੰਛੀ ਲੁਪਤ ਹੋਣ ਦੀ ਕਗਾਰ 'ਤੇ ਹੈ। ਪਰ ਇਹਨਾਂ ਪੰਛੀਆਂ ਦਾ ਮੁੜ ਵਸਿਆ ਕਰਨ ਦੇ ਲਈ ਸੱਤ ਸਮੁੰਦਰੋਂ ਪਾਰ ਇੱਕ NRI ਨੇ ਬੇੜਾ ਚੁੱਕਿਆ ਹੈ। ਮੇਰੇ ਨਾਲ ਇਸ ਵਕਤ ਗਗਨ ਵਿਧੂ ਜੀ ਹੈ। ਗਗਨ ਜੀ, ਪਿਛਲੇ ਸਾਲ ਤੁਹਾਡੇ ਵੱਲੋਂ ਇਹਨਾਂ ਪਾਣੀਆਂ ਦਾ ਕੀਤਾ ਗਿਆ ਸੀ ਪੰਛੀਆਂ ਦੇ ਲਈ ਪ੍ਰਬੰਧ, ਮੁੜ ਤੁਸੀਂ ਸਾਲ ਬਾਅਦ ਵਾਪਸ ਆਏ ਹੋ ਅਤੇ ਹੁਣ ਇਹਨਾਂ ਦੇ ਵਸੇਵੇ ਦੇ ਲਈ ਤੁਸੀਂ ਕੰਮ ਕਰ ਰਹੇ ਹੋ, ਕਿਵੇਂ ਮਨ ਦੇ ਵਿੱਚ ਆਉਂਦਾ ਤੁਹਾਡੇ ਵਿਚਾਰ ਅਤੇ ਕੀ ਤੁਹਾਡੀ ਸੋਚ ਹੈ ਇਸ ਪੰਛੀਆਂ ਨੂੰ ਲੈ ਕੇ? ਸਭ ਤੋਂ ਪਹਿਲਾਂ ਤਾਂ News 18 ਦੇ ਜਿੰਨੇ ਵੀ ਦਰਸ਼ਕ ਹਨ ਦੇਸ਼ਾਂ ਵਿਦੇਸ਼ਾਂ ਵਿੱਚ, ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ। ਔਰ ਜਤਨ ਜੀ, ਤੁਹਾਡਾ, ਤੁਹਾਡੇ ਕੈਮਰਾਮੈਨ ਦਾ ਸਾਡੇ ਪਿੰਡ ਪਹੁੰਚਣ ਵਿਖੇ ਬਹੁਤ ਨਿੱਘਾ ਸਵਾਗਤ ਹੈ। ਤੁਹਾਨੂੰ ਯਾਦ ਹੋਣਾ ਕਿ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਅਤੇ ਗਰਮੀ ਬਹੁਤ ਸੀ ਉਦੋਂ ਵੀ, ਅਤੇ ਮੈਂ ਉਦੋਂ ਆ ਕੇ ਦੇਖਿਆ ਕਿ ਗਰਮੀ ਬਹੁਤ ਹੈ ਅਤੇ ਪੰਛੀ ਜਿਹੜੇ ਸੀ ਆਪਣੀ ਬੜੀ ਕਰਨਾ ਭਰੀ ਆਵਾਜ਼ ਵਿੱਚ ਕੁਰਲਾ ਰਹੇ ਸਨ ਕਿ ਪਾਣੀ ਦਾ ਕੋਈ ਬੰਦੋਬਸਤ ਨਹੀਂ ਸੀ। ਫਿਰ ਜਦੋਂ ਅਸੀਂ ਆਪਣੀ ਟੀਮ ਨਾਲ ਗੱਲ ਕੀਤੀ ਤਾਂ ਅਸੀਂ ਲੋਟੇ ਲਿਆ ਕੇ ਪੂਰੇ ਭੋਆ ਹਲਕੇ ਦੇ ਵਿੱਚ ਥਾਂ ਥਾਂ 'ਤੇ ਜਿਹੜੇ ਲੋਟੇ ਲਗਾਏ ਸੀ ਤਾਂ ਜੋ ਜਿਹੜੇ ਪੰਛੀ ਉਹ ਪਾਣੀ ਪੀ ਸਕਣ। ਅਤੇ ਇਸ ਵਾਰੀ ਵੀ ਰੱਬ ਦੀ ਐਸੀ ਮਰਜ਼ੀ ਹੈ ਕਿ ਇਸ ਵਾਰੀ ਵੀ ਮੈਨੂੰ ਭਾਰਤ ਆਉਣ ਦਾ ਮੌਕਾ ਮਿਲਿਆ, ਅਤੇ ਉਹ ਫਿਰ ਗਰਮੀਆਂ 'ਚ। ਅਤੇ ਥੋੜ੍ਹੇ ਦਿਨ ਪਹਿਲਾਂ ਹੀ, 2 ਦਿਨ ਪਹਿਲਾਂ ਹੀ ਮੈਂ ਸਵੇਰੇ ਉੱਠਿਆ ਅਤੇ ਹਵਾ ਬਹੁਤ ਚੱਲ ਰਹੀ ਸੀ ਅਤੇ ਮੈਂ ਦੇਖਿਆ ਕਿ ਪੰਛੀ ਵਿਚਾਰੇ ਜਿਹੜੇ ਆ ਉਹਨਾਂ ਦੇ ਘੌਂਸਲੇ ਡਿੱਗ ਚੁੱਕੇ ਆ। ਅਤੇ ਦੂਜਾ, ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਰੁੱਖ ਕੱਟਿਆ ਗਿਆ, ਚਲੋ ਡਿਵੈਲਪਮੈਂਟ ਵੀ ਜ਼ਰੂਰੀ ਹੈ ਪਰ ਰੁੱਖ ਵੀ ਬਹੁਤ ਕੱਟੇ ਗਏ। ਅਤੇ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਇੱਕ ਇੱਕ ਰੁੱਖ ਜ਼ਰੂਰ ਲਗਾਓ। ਅਤੇ ਜਦੋਂ ਮੈਂ ਦੇਖਿਆ ਪੰਛੀ ਜਿਹੜੇ ਸੀ ਉਹ ਡਿੱਗੇ ਪਏ ਸੀ ਸੜਕਾਂ ਦੇ ਉੱਤੇ, ਘਰਾਂ ਦੇ ਵਿੱਚ,
ਅਤੇ ਮੇਰੇ ਮਨ 'ਚ ਫਿਰ ਗੱਲ ਆਈ ਅਤੇ ਮੈਂ ਪਤਾ ਕੀਤਾ ਅਤੇ ਛੋਟੇ ਘੌਂਸਲੇ ਜਿਹੜੇ ਨੇ ਉਹ ਲਿਆਉਂਦੇ ਨੇ 200 ਕੁ ਦੇ ਕਰੀਬ, ਅਤੇ ਉਹ ਘੌਂਸਲੇ ਆ ਜਿਹੜੇ ਪੂਰੇ ਹਲਕੇ ਦੇ ਵਿੱਚ ਅਸੀਂ ਥਾਂ ਥਾਂ 'ਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਪੰਛੀ ਰਹਿ ਸਕਦੇ ਆ ਉੱਥੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਦੇਸ਼ ਕਾਫੀ ਲੰਬੇ ਸਮੇਂ ਤੋਂ ਤੁਸੀਂ ਹੋ, ਵਿਦੇਸ਼ੀ ਲੋਕਾਂ ਦੀ ਪੰਛੀਆਂ ਪ੍ਰਤੀ ਕੀ ਸੋਚ ਹੈ? ਇਸ ਤਰ੍ਹਾਂ ਕਿ ਪੰਛੀਆਂ ਨੂੰ ਸਾਡੇ ਦੇਸ਼ ਦੇ ਵਿੱਚ ਜਿਹੜਾ ਨਾ ਪਿਆਰ ਜਿੰਨਾ ਮਿਲਦਾ ਉਸ ਤੋਂ ਕਈ ਗੁਣਾ ਵੱਧ ਜਿਹੜਾ ਪਿਆਰ ਆ ਉਹ ਵਿਦੇਸ਼ਾਂ 'ਚ ਮਿਲਦਾ, ਕਿਉਂਕਿ ਜਿੰਨੇ ਵੀ ਖਾਸ ਕਰ ਗੋਰੇ ਲੋਕ ਆ ਉਹਨਾਂ ਦੇ ਬੱਚੇ ਤਾਂ ਉਹਨਾਂ ਕੋਲ ਰਹਿੰਦੇ ਨਹੀਂ, ਅਤੇ ਉਹ ਆਪਣੇ ਨਾਲ ਜ਼ਰੂਰ ਕੋਈ ਨਾ ਕੋਈ ਕੁੱਤਾ ਜਾਂ ਬਿੱਲੀ ਜਾਂ ਕੋਈ ਪੰਛੀ ਪਾਲ ਕੇ ਰੱਖਦੇ ਆ ਜਿਹਦੇ ਨਾਲ ਉਹਨਾਂ ਦਾ ਮਨ ਪਰਚਾਵਾ ਹੁੰਦਾ ਰਹੇ, ਰੌਣਕ ਲੱਗੀ ਰਹੇ। ਪਰੰਤੂ ਭਾਰਤ ਵਿੱਚ ਅਜਿਹਾ ਟਰੈਂਡ ਘੱਟ ਹੈ, ਕਿਉਂਕਿ ਸਾਡੀਆਂ ਜੁਆਇੰਟ ਫੈਮਿਲੀ ਹੈ ਅਤੇ ਸਾਡੇ ਘਰ 'ਚ ਆਪਣੀ ਵੈਸੇ ਹੀ ਨਹੀਂ ਰੌਣਕ ਹੁੰਦੀ ਹੈ। ਪਰੰਤੂ ਪਿਛਲੇ ਕੁਝ ਸਮੇਂ ਤੋਂ ਮੈਂ ਦੇਖਿਆ ਕਿ ਇੱਥੇ ਵੀ ਪੰਛੀ ਰੱਖਣ ਦਾ ਜਿਹੜਾ ਘਰ 'ਚ ਰੁਝਾਨ ਚੱਲਿਆ, ਲੋਕ ਵੀ ਸਵੇਰੇ ਉੱਠ ਕੇ, ਅੱਜ ਵੀ ਮੈਂ ਸਵੇਰੇ ਉੱਠਿਆ ਤਾਂ ਦੇਖਿਆ ਕੁਝ ਮਹਿਲਾਵਾਂ ਜਿਹੜੀਆਂ ਸੀ ਉਹ ਪੰਛੀਆਂ ਨੂੰ ਦਾਣੇ ਪਾ ਰਹੀਆਂ ਸੀ ਕੋਠੇ 'ਤੇ। ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਵਾਨ ਵਾਲੇ ਵਿਅਕਤੀ ਨੇ ਉਹਨਾਂ ਦੀ ਹਰ ਕੋਈ ਮਦਦ ਕਰਦਾ, ਜਿਹੜੇ ਬੇਜਵਾਨੇ ਆ ਉਹ ਉਹਦੇ ਲਈ ਵੀ ਰਲ ਕੇ ਹੰਭਲਾ ਮਾਰੀਏ ਤਾਂ ਜੋ ਉਹ ਵੀ ਆਪਣੀ ਸ਼ਾਂਤੀ ਦੀ ਜ਼ਿੰਦਗੀ ਜਿਹੜੀ ਕੱਟ ਸਕੇ। ਕਿੰਨੇ ਕੁ ਨੌਜਵਾਨ ਤੁਹਾਡੇ ਨਾਲ ਇਸ ਮੁਹਿੰਮ ਦੇ ਵਿੱਚ ਜੁੜੇ ਹੋਏ ਆ? ਅਸੀਂ ਦੇਖਿਆ ਸੀ ਪਿਛਲੇ ਸਾਲ ਕਾਫੀ ਯੂਥ ਤੁਹਾਡੇ ਇਸ ਕੰਮ ਦੇ ਵਿੱਚ ਸਰਾਹਣਾ ਕਰ ਵੀ ਰਿਹਾ ਸੀ ਅਤੇ ਨਾਲ ਹੋ ਕੇ ਕੰਮ ਵੀ ਕਰ ਰਿਹਾ ਸੀ, ਇਸ ਵਾਰ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ? ਸਾਡੀ ਟੀਮ ਹੈ ਜੀ ਇੱਥੇ, ਅਸੀਂ 20 ਮੈਂਬਰ ਹਾਂ ਉਸ ਕਮੇਟੀ ਦੇ, ਅਤੇ ਉਹ ਪਿਛਲੀ ਵਾਰ ਵੀ ਉਹਨੇ ਰਲ ਮਿਲ ਕੇ ਸਾਰਿਆਂ ਨੇ ਬਹੁਤ ਹੰਭਲਾ ਮਾਰਿਆ ਸੀ ਕਿ ਇਹ ਕੰਮ ਕੀਤਾ ਜਾਏ, ਅਤੇ ਇਸ ਵਾਰੀ ਵੀ ਆਪਣੇ ਉਹੀ ਸਾਰੀ ਟੀਮ ਜਿਹੜੀ ਸਾਡੀ ਉਹ ਲੱਗੀ ਹੈ, ਹੋਰ ਵੀ ਨਵੇਂ ਲੋਕ ਜੁੜ ਰਹੇ ਨੇ ਹੌਲੀ ਹੌਲੀ ਸਾਡੇ ਨਾਲ। ਅਸੀਂ ਗੱਲ ਕਰੀਏ ਉਹਦੀ, ਜੇਕਰ ਸਾਡੇ ਸ਼ਾਸਤਰਾਂ ਮੁਤਾਬਿਕ ਪੰਛੀਆਂ ਦਾ ਬੜਾ ਅਹਿਮ ਰੋਲ ਦੱਸਿਆ ਜਾਏ, ਚਾਹੇ ਕੋਈ ਵੀ ਸ਼ੁਭ ਕੰਮ ਹੋਏ ਇਹਨਾਂ ਨੂੰ ਦਾਣਾ ਪਾਉਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ। ਸ਼ਰਾਧਾਂ ਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਕੌਵਾਂ ਨੂੰ ਖਾਣਾ ਪਾਇਆ ਜਾਏ, ਸਾਡੇ ਪਿੱਤਰਾਂ ਨੂੰ ਖਾਣਾ ਲੱਗਦਾ, ਉਸ ਸਭ ਦੇ ਬਾਵਜੂਦ ਵੀ ਅੱਜ ਇਹ ਹਾਲਾਤ ਬਣੇ ਹੋਏ ਆ ਕਿ ਸਮਾਜ ਨੂੰ ਇਸ ਵਾਸਤੇ ਕੰਮ ਕਰਨਾ ਪੈ ਰਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਸ ਸਭ ਵਿੱਚ? ਇਸ ਤਰ੍ਹਾਂ ਕਿ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਸਰਕਾਰ ਕੋਈ ਵੀ ਹੋਏ ਉਹ ਆਪਣੇ ਲੈਵਲ 'ਤੇ ਕੁਛ ਨਾ ਕੁਛ ਯਤਨ ਪ੍ਰਯਤਨ ਕਰਦੀ ਹੈ, ਪਰੰਤੂ ਸਭ ਤੋਂ ਵੱਡਾ ਯਤਨ ਪ੍ਰਯਤਨ ਜਿਹੜਾ ਉਹ ਸਮਾਜ ਨੂੰ ਕਰਨਾ ਪੈਂਦਾ, ਕਿਉਂਕਿ ਜਦੋਂ ਸਮਾਜ ਕੋਈ ਕੰਮ ਕਰਦਾ ਤਾਂ ਸਰਕਾਰ ਦਾ ਉਹਦੇ ਅੱਗੇ ਆਪਣੇ ਆਪ ਹੀ ਝੁਕ ਜਾਂਦੀ ਹੈ ਸਰਕਾਰ। ਇਸ ਕਰਕੇ ਸਾਰੇ ਰਲ ਮਿਲ ਕੇ ਆਓ, ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾਈਏ ਕਿ ਸਵੇਰੇ ਉੱਠ ਕੇ ਅਸੀਂ ਇੱਕ ਜਾਂ ਦੋ ਪੰਛੀਆਂ ਨੂੰ ਦਾਣਾ ਪਾਉਣਾ ਹੀ ਪਾਉਣਾ, ਜਾਂ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਤਾਂ ਅਸੀਂ ਆਪਣੇ ਘਰਾਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਪੰਛੀਆਂ ਦੇ ਲਾਏ ਹੋਏ ਆਲ੍ਹਣੇ ਨੇ, ਕਿਉਂਕਿ ਇਹ ਗਰਮੀਆਂ ਦਾ ਮੌਸਮ ਹੈ, ਇਸ ਸਮੇਂ ਜਿਹੜੇ ਪੰਛੀ ਨੇ ਉਹ ਆਪਣੇ ਆਲ੍ਹਣੇ ਬਣਾ ਰਹੇ ਨੇ, ਅਤੇ ਅਸੀਂ ਕੀ ਕਰ ਰਹੇ ਹਾਂ ਕਿ ਦੀਵਾਲੀ ਤੋਂ ਪਹਿਲਾਂ ਜਦੋਂ ਸਫਾਈ ਕਰ ਰਹੇ ਹਾਂ ਅਤੇ ਸਾਰੇ ਉਹਦੇ ਘੌਂਸਲੇ ਚੁੱਕ ਕੇ ਬਾਹਰ ਸੁੱਟ ਦਿੰਦੇ ਹਾਂ, ਅਤੇ ਕਿਰਪਾ ਕਰਕੇ ਜਿਹੜੀਆਂ ਗੱਲਾਂ ਤੋਂ ਬਚਿਆ ਜਾਏ, ਕਿਉਂਕਿ ਦਰਖਤ ਬਾਹਰ ਬਹੁਤ ਕੱਟੇ ਗਏ ਆ, ਜੰਗਲ ਬਿਲਕੁਲ ਖਤਮ ਹੋ ਗਿਆ, ਅਤੇ ਪੰਛੀਆਂ ਨੇ ਕਿਤੇ ਨਾ ਕਿਤੇ ਤਾਂ ਰਹਿਣਾ ਹੀ ਹੈ, ਅਤੇ ਜੇ ਤੁਸੀਂ ਘਰ ਵੀ ਨਹੀਂ ਉਹਨਾਂ ਦਾ ਘੌਂਸਲਾ ਬੰਨ ਦਿੱਤਾ ਤਾਂ ਫਿਰ ਉਹ ਕਿੱਥੇ ਰਹਿਣਗੇ? ਅਸੀਂ ਇੱਕ ਚੀਜ਼ ਹੋਰ ਦੇਖੀਏ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਵੀ ਅਵੇਅਰਨੈਸ ਫੈਲਾਉਂਦੇ ਪਏ ਹੋ ਕਿ ਮਨੁੱਖੀ ਜੀਵਨ ਦੇ ਵਿੱਚ ਜਿਹੜਾ ਪੰਛੀਆਂ ਦਾ ਕੀ ਮਹੱਤਵ ਹੈਗਾ, ਉਸ ਬਾਰੇ ਥੋੜ੍ਹਾ ਜਿਹਾ ਦੱਸ ਦਿਓ। ਹਾਂਜੀ, ਜਿਹੜਾ ਸਾਡਾ ਜੀ ਇਹ ਈਕੋ ਸਿਸਟਮ ਹੈ, ਇਹਦੇ 'ਚ ਹਰ ਇੱਕ ਜਿਹੜਾ ਵਿਅਕਤੀ ਹੈ ਜਿਹੜਾ ਇਸ ਧਰਤੀ ਦੇ ਉੱਤੇ ਰਹਿੰਦਾ ਉਹਦਾ ਆਪਣਾ ਆਪਣਾ ਇੱਕ ਰੋਲ ਹੈ। ਜੇ ਮਨੁੱਖ ਦਾ ਕੋਈ ਰੋਲ ਹੈ ਤਾਂ ਪੰਛੀਆਂ ਦਾ ਵੀ ਇੰਨਾ ਰੋਲ ਹੈ, ਕਿਉਂਕਿ ਪੰਛੀ ਜਿਹੜੇ ਨੇ ਉਹ ਵੀ ਸਾਡੇ ਵਾਤਾਵਰਨ ਨੂੰ ਔਰ ਸਾਡੀ ਜਿਹੜੀ ਇਨਵਾਇਰਮੈਂਟ ਆ ਉਹਨੂੰ ਇੱਕ ਸੁਹਾਣਾ ਬਣਾਉਣ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਸਵੇਰੇ ਤੁਸੀਂ ਉੱਠਦੇ ਹੋ ਤੁਸੀਂ ਪੰਛੀਆਂ ਦੀਆਂ ਚਹਿਚਹਾਂ ਦੀਆਂ ਆਵਾਜ਼ਾਂ, ਚਿੜੀਆਂ ਦੀਆਂ ਜਾਂ ਆਪਣੇ ਜਿਹੜੀਆਂ ਸੈਰ ਕਰਨ ਦੀਆਂ ਆਵਾਜ਼ਾਂ ਸੁਣਦੇ ਹੋ ਤਾਂ ਮਨ ਖੁਸ਼ ਹੋ ਜਾਂਦਾ, ਤੁਹਾਡਾ ਦਿਨ ਬਹੁਤ ਵਧੀਆ ਨਿਕਲਦਾ। ਅਤੇ ਇਸ ਕਰਕੇ ਹਰ ਵਿਅਕਤੀ ਦਾ ਇਹ ਜਿਹੜੀ ਧਰਤੀ ਹੈ ਸਾਰਿਆਂ ਦੀ ਸਾਂਝੀ ਹੈ, ਸਾਰੇ ਵਿਅਕਤੀਆਂ ਦਾ, ਸਾਰੇ ਪੰਛੀਆਂ ਦਾ, ਜਾਨਵਰਾਂ ਦਾ, ਕੋਈ ਵੀ ਇਸ ਧਰਤੀ ਦੇ ਉੱਤੇ ਜਿਹੜੇ 84 ਲੱਖ ਕਹਿੰਦੇ ਵੀ 84 ਲੱਖ ਪ੍ਰਕਾਰ ਦੇ ਲੋਕ ਇੱਥੇ ਰਹਿੰਦੇ, ਉਹਦਾ ਆਪਣਾ ਆਪਣਾ ਇੱਕ ਮਹੱਤਵ ਹੈ। ਅਤੇ ਆਓ ਉਹਦੀ ਜ਼ਿੰਦਗੀ ਨਾ ਡਿਸਟਰਬ ਕਰਦੇ ਹੋਏ, ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਾ ਕਰਦੇ ਹੋਏ ਆਪਾਂ ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰੀਏ,
ਤਾਂ ਜੋ ਹਰ ਇੱਕ ਬੰਦਾ ਜਿਹੜਾ ਜਿਹਨੂੰ ਇੱਥੇ ਪਰਮਾਤਮਾ ਨੇ ਭੇਜਿਆ, ਜਿੰਨਾ ਸਮਾਂ ਉਹਨੇ ਇਸ 'ਤੇ ਕੱਟਣਾ ਧਰਤੀ 'ਤੇ, ਉਹ ਆਪਣਾ ਜੀਵਨ ਆ ਜਿਹੜਾ ਸੁਖਮਈ ਢੰਗ ਨਾਲ ਬਤੀਤ ਕਰ ਸਕੇ। ਬਿਲਕੁਲ ਇਸ ਤਰ੍ਹਾਂ ਸਾਡੇ ਨਾਲ ਗਗਨ ਬੇਦੂ ਜੀ ਜੋ ਵਿਦੇਸ਼ੋਂ ਆ ਕੇ ਇਹਨਾਂ ਪੰਛੀਆਂ ਦੇ ਰੱਖ ਰਖਾਵ ਦੇ ਲਈ ਕੰਮ ਕਰ ਰਿਹਾ, ਲੋਕਾਂ ਨੂੰ ਅਪੀਲ ਕਰ ਰਿਹਾ ਕਿ ਇਹਨਾਂ ਪੰਛੀਆਂ ਦਾ ਸਾਡੇ ਸਮਾਜ ਦੇ ਵਿੱਚ ਇੱਕ ਅਹਿਮ ਰੋਲ ਹੈ। ਇਸ ਕਾਰਨ ਸਭ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਪੰਛੀਆਂ ਦੇ ਰਹਿਣ ਸਹਿਣ, ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ। ਪਠਾਨਕੋਟ ਤੋਂ ਜਤੀ ਸ਼ਰਮਾ, ਨਿਊਜ਼ 18 ਪੰਜਾਬ।